ਬਠਿੰਡਾ ਦੀ ਗ੍ਰੀਨ ਸਿਟੀ ਦੀ ਅਪਾਰ ਸਫਲਤਾ ਤੋਂ ਬਾਅਦ ਹੁਣ ਪੇਸ਼ ਹੈ ਕਨਈਆਸ ਗ੍ਰੀਨ ਸਿਟੀ, ਜਿੱਥੇ ਸਿਕਿਉਰਿਟੀ ਦੇ ਪੁਖਤਾ ਪ੍ਰਬੰਧ, ਖੁੱਲੀਆਂ ਸੜਕਾਂ, ਹਰਾ ਭਰਾ ਵਾਤਾਵਰਣ, ਬਿਜਲੀ ਦੀਆਂ ਅੰਡਰਗਰਾਉਂਡ ਤਾਰਾਂ ਅਤੇ ਖੂਬਸੂਰਤ ਫੁੱਲ ਪੌਦੇ, लैंडस्केपिंग निर्माण कार्य चल रहे ने तेजी नाल। इस तो पहला कि सारे प्लाट बुक हो जान, संपर्क करो 8556002064 ਅਤੇ 8556002071। ਪੁਲਿਸ ਦਾ ਕੰਮ ਧੋਖੇਬਾਜ਼ੀਆਂ ਤੇ ਜਾਲਸਾਜ਼ੀਆਂ ਨੂੰ ਰੋਕਣਾ ਹੁੰਦਾ ਹੈ, ਪਰ ਮਾਮਲਾ ਉਸ ਵੇਲੇ ਉਲਝ ਜਾਂਦਾ ਹੈ ਜਦੋਂ ਪੁਲਿਸ ਵਿਭਾਗ ਦੇ ਕਰਮਚਾਰੀ ਖੁਦ ਹੀ ਅਜਿਹੇ ਮਾਮਲੇ ਵਿੱਚ ਫਸ ਜਾਂਦੇ ਹਨ। ਬਠਿੰਡਾ ਪੁਲਿਸ ਵਿੱਚ ਤਾਂ ਅਜਿਹਾ ਮਾਮਲਾ ਸਾਹਮਣੇ ਆਇਆ ਜਿੱਥੇ ਪੁਲਿਸ ਵਿਭਾਗ ਵਿੱਚ ਨੌਕਰੀ ਹੀ ਨਕਲੀ ਸਰਟੀਫਿਕੇਟ ਦਿਖਾ ਕੇ ਲਈ ਗਈ ਸੀ। ਦੱਸਿਆ ਜਾਂਦਾ ਹੈ ਕਿ ਬਠਿੰਡਾ ਪੁਲਿਸ ਵਿੱਚ ਭਰਤੀ ਅਮਨਦੀਪ ਸਿੰਘ ਵੱਲੋਂ 10ਵੀਂ ਕਲਾਸ ਦੇ ਫਰਜ਼ੀ ਸਰਟੀਫਿਕੇਟ ਦਿਖਾ ਕੇ ਨਾ ਕੇਵਲ ਭਰਤੀ ਲਈ ਗਈ ਬਲਕਿ 9 ਸਾਲ ਦੀ ਸਰਵਿਸ ਵੀ ਪੂਰੀ ਕਰ ਲਈ ਗਈ। ਉਸੇ ਇਸ ਫਰਜ਼ੀਵਾੜੇ ਦਾ ਜਦੋਂ ਪੁਲਿਸ ਵਿਭਾਗ ਨੂੰ ਪਤਾ ਲੱਗਿਆ ਤਾਂ ਉਹਨਾਂ ਵੱਲੋਂ ਅਮਨਦੀਪ ਸਿੰਘ ਦੇ ਸਰਟੀਫਿਕੇਟਾਂ ਦੀ ਜਾਂਚ ਕਰਵਾਈ ਗਈ। ਇਹ ਗੱਲ ਸਾਹਮਣੇ ਆਈ ਕਿ ਅਮਨਦੀਪ ਸਿੰਘ ਵੱਲੋਂ ਭਰਤੀ ਸਮੇਂ ਜੋ 10ਵੀਂ ਜਮਾਤ ਦਾ ਸਰਟੀਫਿਕੇਟ ਦਿਖਾਇਆ ਗਿਆ ਸੀ ਉਹ ਫਰਜ਼ੀ ਸੀ, ਜਿਸ ਤੋਂ ਬਾਅਦ ਅਮਨਦੀਪ ਸਿੰਘ ਦੇ ਖਿਲਾਫ ਮਾਮਲਾ ਦਰਜ ਕਰਕੇ ਪੁਲਿਸ ਵਿਭਾਗ ਵੱਲੋਂ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਦੱਸਿਆ ਜਾਂਦਾ ਹੈ ਕਿ ਅਮਨਦੀਪ ਸਿੰਘ ਨੂੰ ਤਰਸ ਦੇ ਆਧਾਰ ਉੱਤੇ 2012 ਵਿੱਚ ਪੰਜਾਬ ਪੁਲਿਸ ਵਿੱਚ ਭਰਤੀ ਮਿਲੀ ਸੀ ਕਿਉਂਕਿ ਉਸਦੇ ਪਿਤਾ ਅਤਵਾ ਦੇ ਸਮੇਂ ਦੌਰਾਨ SPO ਸਨ। ਕਾਂਸਟੇਬਲ ਅਮਨਦੀਪ ਸਿੰਘ ਪੁੱਤਰ ਸਰਦੂਲ ਸਿੰਘ ਇਹ ਪੁਲਿਸ ਡਿਪਾਰਟਮੈਂਟ ਵਿੱਚ ਪ੍ਰਾਇਓਰਟੀ ਬੇਸ 'ਤੇ ਭਰਤੀ ਹੋਇਆ ਸੀ। ਇਹਦੇ ਫਾਦਰ ਸਾਹਿਬ ਨੂੰ ਸ਼ਹੀਦ ਪਰਿਵਾਰਾਂ ਦੇ ਵਿੱਚੋਂ ਆਉਂਦੇ ਸੀਗੇ, ਸ਼ਹੀਦ ਹੋ ਗਏ ਸੀਗੇ ਅੱਤਵਾਦ ਦੇ ਸਮੇਂ ਦੇ ਦੌਰਾਨ, ਅਤੇ ਇਹਦਾ ਵੈਰੀਫਿਕੇਸ਼ਨ ਅਸੀਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਨੂੰ ਭੇਜਿਆ ਸੀ। ਉਹ ਵਾਰ-ਵਾਰ ਰਿਮਾਈਂਡਰ ਲਿਖਦੇ ਰਹੇ, ਵੈਰੀਫਿਕੇਸ਼ਨ ਨਾ ਆਇਆ, ਅਤੇ ਹੁਣ ਉਹਦਾ ਜਦੋਂ ਵੈਰੀਫਿਕੇਸ਼ਨ ਹੋ ਕੇ ਆਇਆ ਤਾਂ ਪਤਾ ਲੱਗਿਆ ਕਿ ਇਹਦਾ 10ਵੀਂ ਦਾ ਜਿਹੜਾ ਸਰਟੀਫਿਕੇਟ ਆ ਇਹਨੇ 10ਵੀਂ ਪਾਸ ਨਹੀਂ ਕੀਤੀ, ਗਲਤ ਤਰੀਕੇ ਨਾਲ ਸਰਟੀਫਿਕੇਟ ਤਿਆਰ ਕਰਕੇ ਮਹਿਕਮੇ ਨੂੰ ਇਹਨੇ ਸਪੁਰਦ ਕੀਤਾ। ਉਹਦੀ ਵੈਰੀਫਿਕੇਸ਼ਨ ਦੇ ਤਹਿਤ ਇਹਦੇ ਖਿਲਾਫ ਕੇਸ ਰਜਿਸਟਰ ਕੀਤਾ ਗਿਆ। ਇਹ 9 ਸਾਲ ਲੱਗ ਗਏ ਜੀ ਵੈਰੀਫਿਕੇਸ਼ਨ ਹੋਣ ਨੂੰ, ਲੰਬਾ ਸਮਾਂ ਕਿਉਂ ਲੱਗਿਆ? ਜਦੋਂ ਭਰਤੀ ਹੋਇਆ ਤਾਂ ਪ੍ਰੋਸੀਜਰ ਮੁਤਾਬਕ ਇਹਦਾ ਵੈਰੀਫਿਕੇਸ਼ਨ ਭੇਜਿਆ ਗਿਆ ਸੀ। ਟੈਰਰਿਸਟ ਫੈਮਿਲੀ ਸੀ, ਉਦੋਂ ਇਹਨੇ ਜੁਆਇਨ ਕਰ ਲਿਆ, ਵੈਰੀਫਿਕੇਸ਼ਨ ਅਜੇ ਆਇਆ ਨਹੀਂ ਸੀ। ਉਹ ਤੋਂ ਬਾਅਦ ਇਹ ਇਸੇ ਕਰਕੇ ਹੋਇਆ ਕਿ ਇਹ ਸਾਡੇ ਵੱਲੋਂ ਰਿਮਾਈਂਡਰ 'ਤੇ ਪੈਰਵੀ ਕੀਤੀ ਗਈ ਅਤੇ ਉਹਦੇ ਵਿੱਚ ਪਾਇਆ ਗਿਆ ਕਿ ਸਰਟੀਫਿਕੇਟ ਗਲਤ ਹੈ, ਇਸ ਕਰਕੇ ਕੇਸ ਰਜਿਸਟਰ ਹੋ ਗਿਆ। ਕਿਹੜੇ ਥਾਣੇ? थाना सिविल लाइन बठिंडा। रेस्ट हो गई? नहीं, अजय रेस्ट नहीं। बठिंडा तो सुखमंदर सिंह की रिपोर्ट।